ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 9ਵੀਂ ਜਮਾਤ ਦੀ ਸਾਇੰਸ ਦੀ ਪੁਸਤਕ ਪਾਠ ਨੰਬਰ 6 ਟਿਸ਼ੂ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਪਹਿਲਾਂ ਵਾਲੇ ਜੋ ਪਾਠ ਨੇ ਉਹ ਪਲੇਲਿਸਟ ਦੇ ਵਿੱਚ ਐਡ ਕਰ ਦਿੱਤੇ ਗਏ ਨੇ ਸਾਰੇ ਲੈਸਨ ਤੁਸੀਂ ਪਲੇਲਿਸਟ ਦੇ ਵਿੱਚ ਦੇਖ ਸਕਦੇ ਹੋ ਪ੍ਰਸ਼ਨ ਨੰਬਰ 1 ਇੱਕ ਹੈਗੇ ਟਿਸ਼ੂ ਤੋਂ ਕੀ ਭਾਵ ਹੈ ਟਿਸ਼ੂ ਇੱਕ ਇੱਕੋ ਜਿਹੀ ਸੰਚਰਨਾ ਅਤੇ ਕਾਰਜ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਕਹਿੰਦੇ ਹਨ ਟਿਸ਼ੂ ਕਿਸ ਨੂੰ ਕਹਿੰਦੇ ਨੇ ਇੱਕੋ ਜਿਹੀ ਸੰਚਰਨਾ ਅਤੇ ਕਾਰਜ ਸੈੱਲਾਂ ਵਾਲੇ ਸੈੱਲਾਂ ਦੇ ਸਮੂਹ ਨੂੰ ਪ੍ਰਸ਼ਨ ਨੰਬਰ 2 ਬਹੁਤ ਸੈੱਲ ਸੈੱਲੇ ਜੀਵਾਂ ਵਿੱਚ ਟਿਸ਼ੂਆਂ ਦਾ ਕੀ ਕੰਮ ਹੈ ਉੱਤਰ ਬਹੁ ਸੈੱਲੀ ਜੀਵਾਂ ਵਿੱਚ ਟਿਸ਼ੂ ਵੱਖੋ ਵੱਖਰੇ ਕਾਰਜ ਕਰਦੇ ਹਨ ਟਿਸ਼ੂ ਮਿਲ ਕੇ ਅੰਗ ਬਣਾਉਂਦੇ ਹਨ ਪ੍ਰਸ਼ਨ ਨੰਬਰ 3 ਨੂੰ ਪ੍ਰਕਾਸ਼ ਸੰਸਲੇਸ਼ਨ ਲਈ ਕਿਹੜੀ ਗੈਸ ਲੋੜੀਦੀ ਹੈ ਉੱਤਰ ਹੈ ਗੈਸ ਕਾਰਬਨ ਡਾਈਆਕਸਾਈਡ ਪ੍ਰਸ਼ਨ ਨੰਬਰ 4 ਪੌਦਿਆਂ ਵਿੱਚ ਬਾਸ਼ਪਾ ਉਤਸਰਜਣ ਦੀ ਭੂਮਿਕਾ ਦੱਸੋ ਇਹਦਾ ਉੱਤਰ ਹੈ ਕਿ ਪੱਤਿਆਂ ਵਿੱਚੋਂ ਬਾਸ਼ਪਾ ਦੇ ਰੂਪ ਵਿੱਚ ਪਾਣੀ ਬਾਹਰ ਨਿਕਲਣ ਨੂੰ ਬਾਸ਼ਪਾ ਉਤਸਰਜਣ ਕਹਿੰਦੇ ਹਨ ਬਾਸ਼ਪਾ ਬਾਸ਼ਪਾ ਉਤਸਰਜਣ ਪੌਦਿਆਂ ਦਾ ਤਾਪਮਾਨ ਘੱਟ ਰੱਖਣ ਅਤੇ ਪੌਦਿਆਂ ਵਿੱਚ ਉਚਾਈ ਤੱਕ ਪਾਣੀ ਪਹੁੰਚਾਉਣ ਲਈ ਖਿੱਚ ਬਲ ਪੈਦਾ ਕਰਦਾ ਹੈ ਪ੍ਰਸ਼ਨ ਨੰਬਰ 5 ਸਰਲ ਟਿਸ਼ੂਆਂ ਦੀਆਂ ਕਿਸਮਾਂ ਦੇ ਨਾਂ ਦੱਸੋ ਪੇਰ ਨਕਾਈਆ ਪੇਰਨਕਾਈਆ ਕੋਲਨਕਾਈ ਕਾਈਆ ਪੇਰਨਕਾਈ ਕਾਈਮਾ ਪੇਰਨਕਾਈਮਾ ਕੋਲਨਕਾਈਮਾ ਅਤੇ ਸਕਲੈਰਨਕਾਈਮਾ ਪ੍ਰਸ਼ਨ ਨੰਬਰ 8 ਐਪੀਕਲ ਮੈਰੀਸਟੈਮ ਕਿੱਥੇ ਮਿਲਦਾ ਹੈ ਉੱਤਰ ਐਪੀਕਲ ਮੈਰੀਸਟੈਮ ਪੌਦਿਆਂ ਦੀਆਂ ਜੜ੍ਹਾਂ ਅਤੇ ਤਣਿਆਂ ਤਣੇ ਦੇ ਬਾਧੇ ਕਰ ਰਹੇ ਬਾਗਾਂ ਤੋਂ ਮਿਲਦਾ ਹੈ ਇਹ ਬਾਧਾ ਕਰਨ ਵਿੱਚ ਮਦਦ ਕਰਦਾ ਹੈ ਪ੍ਰਸ਼ਨ ਨੰਬਰ 7 ਨਾਰੀਅਲ ਦੇ ਰੇਸ਼ੇ ਕਿਸ ਟਿਸ਼ੂ ਦੇ ਬਣੇ ਹੁੰਦੇ ਹਨ ਸਕਲਰਨ ਕਾਈਮਾ ਪ੍ਰਸ਼ਨ ਨੰਬਰ 8 ਫਲੋਇਮ ਦੇ ਕਿਹੜੇ ਕਿਹੜੇ ਭਾਗ ਹਨ ਫਲੋਇਮ ਰੇਸ਼ੇ ਫਲੋਇਮ ਪੇਰਨ ਕਾਈਮਾ ਸੀਵ ਟਿਊਬ ਅਤੇ ਸਹ ਸੈੱਲ ਪ੍ਰਸ਼ਨ ਨੰਬਰ 9 ਸਰੀਰ ਵਿੱਚ ਗਤੀ ਲਿਆਉਣ ਵਾਲੇ ਟਿਸ਼ੂਆਂ ਦੇ ਨਾਮ ਦੱਸੋ ਪੇਸ਼ੀ ਟਿਸ਼ੂ ਜਿਹੜੇ ਸਰੀਰ ਵਿੱਚ ਗਤੀ ਲੈ ਕੇ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਪੇਸ਼ੀ ਟਿਸ਼ੂ ਪ੍ਰਸ਼ਨ ਨੰਬਰ 10 ਨਿਊਰਾਨ ਦੇਖਣ ਵਿੱਚ ਕਿਹੋ ਜਿਹਾ ਲੱਗਦਾ ਹੈ ਨਿਊਰਾਨ ਨਾੜੀ ਸੈੱਲ ਸਰੀਰ ਵਿੱਚ ਕੇਂਦ੍ਰਕ ਅਤੇ ਦਰਵ ਸੈੱਲ ਹੁੰਦੇ ਹਨ ਨਿਊਰਾਨ ਵਿੱਚ ਇੱਕ ਲੰਬੀ ਰਚਨਾ ਹੁੰਦੀ ਹੈ ਜਿਸ ਨੂੰ ਐਕਸਨ ਕਹਿੰਦੇ ਹਨ ਅਤੇ ਕਈ ਛੋਟੀਆਂ ਸ਼ਾਖਾਂ ਵਰਗੀਆਂ ਰਚਨਾਵਾ ਹੁੰਦੀਆਂ ਹਨ ਜਿਨ੍ਹਾਂ ਨੂੰ ਡੈਡ ਰਾਈਟ ਕਹਿੰਦੇ ਹਨ ਪ੍ਰਸ਼ਨ ਨੰਬਰ 11 ਦਿਲ ਪੇਸ਼ੀ ਦੇ ਤਿੰਨ ਲੱਛਣ ਦੱਸੋ ਉੱਤਰ ਨੰਬਰ 1 ਦਿਲ ਦੀਆਂ ਪੇਸ਼ੀਆਂ ਸਾਰੀ ਉਮਰ ਲੈ ਵੱਧ ਹੋ ਕੇ ਸੂਂਗੜਦੀਆਂ ਅਤੇ ਫੈਲਦੀਆਂ ਦਿਲ ਦੇ ਧੜਕਣ ਵਿੱਚ ਮਦਦ ਕਰਦੀਆਂ ਹਨ ਨੰਬਰ 2 ਦਿਲ ਪੇਸ਼ੀ ਦੋ ਸੈੱਲ ਬੇਲਣਾਕਾਰ ਸਖਿਤ ਅਤੇ ਇੱਕ ਕੇਂਦਰਕ ਵਾਲੇ ਹੁੰਦੇ ਹਨ ਨੰਬਰ 3 ਦਿਲ ਪੇਸ਼ੀਆਂ ਅਣਇਛਤ ਪੇਸ਼ੀਆਂ ਹਨ ਇਥੇ ਬੱਚੋ ਅਣਿਛਤ ਲਿਖਿਆ ਜਾਵੇਗਾ ਡਾੜ ਦੇ ਜਗ੍ਹਾ ਤੇ ਤਤਾ ਅਣਿਛਤ ਪੇਸ਼ੀਆਂ ਹਨ ਪ੍ਰਸ਼ਨ ਨੰਬਰ 12 에ਰੀ ओरਲ ਟਿਸ਼ੂ ਦੇ ਕੰਮ ਦੱਸੋ 에ਰੀ ओरਲ ਟਿਸ਼ੂ ਚਮੜੀ ਅਤੇ ਪੇਸ਼ੀਆਂ ਵਿਚਕਾਰ ਲਹੂ ਵਹਿਣੀਆਂ ਵਿਚਕਾਰ 에ਰੀ ओरਲ ਟਿਸ਼ੂ ਚਮੜੀ ਅਤੇ ਪੇਸ਼ੀਆਂ ਵਿਚਕਾਰ ਅਤੇ ਲਹੂ ਵਹਿਣੀਆਂ ਵਿਚਕਾਰ ਖਾਲੀ ਸਥਾਨਾਂ ਨੂੰ ਪਰਦੇ ਹਨ ਇਹ ਸਰੀਰ ਦੇ ਅੰਗਾਂ ਨੂੰ ਸੁਰੱਖਿਅਤ ਰੱਖਣਾ ਤੇ ਉਹਨਾਂ ਦੀ ਮੁਰੰਮਤ ਕਰਨ ਵਿੱਚ ਵੀ ਮਦਦ ਕਰਦੇ ਹਨ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਟਿਸ਼ੂ ਦੀ ਪਰਿਭਾਸ਼ਾ ਦਿਓ ਇੱਕੋ ਜਹੀ ਸਰਚਨਾ ਅਤੇ ਕਾਰਜ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਕਹਿੰਦੇ ਹਨ ਪ੍ਰਸ਼ਨ ਨੰਬਰ 2 ਕਿੰਨੇ ਕਿਸਮਾਂ ਦੇ ਕਟਕ ਇਕੱਠੇ ਹੋ ਕੇ ਜਾਈਲਮ ਟਿਸ਼ੂ ਬਣਾਉਂਦੇ ਹਨ ਉਹਨਾਂ ਦੇ ਨਾਂ ਦੱਸੋ ਉੱਤਰ ਚਾਰ ਕਟਕ ਜਾਈਲਮ ਟਿਸ਼ੂ ਬਣਾਉਂਦੇ ਹਨ ਇੱਥੇ ਜਾਈਲਮ ਲਿਖਿਆ ਜਾਏਗਾ ਠੀਕ ਹੈ ਜਾਈਲਮ ਜਾਈਲਮ ਚਾਰ ਕਟਕ ਜਾਈਲਮ ਟਿਸ਼ੂ ਬਣਾਉਂਦੇ ਹਨ ਟ੍ਰੇਕੀਡਜ ਵੈਸਲਜ ਜਾਈਲਮ ਪੇਅਰ ਨਕਾਈਮਾ ਅਤੇ ਜਾਈਲਮ ਰੇਸ਼ੇ ਪ੍ਰਸ਼ਨ ਨੰਬਰ 3 ਪੌਦਿਆਂ ਵਿੱਚ ਸਰਲ ਟਿਸ਼ੂ ਗੁੰਜਲਦਾਰ ਟਿਸ਼ੂਆਂ ਤੋਂ ਕਿਵੇਂ ਪਿੰਨ ਹਨ ਸਰਲ ਟਿਸ਼ੂ ਸਰਲ ਟਿਸ਼ੂ ਸਿਰਫ ਇੱਕ ਕਿਸਮ ਦੇ ਸੈੱਲਾਂ ਤੋਂ ਮਿਲ ਕੇ ਬਣਦੇ ਹਨ ਗੁੰਜਲਦਾਰ ਟਿਸ਼ੂ ਇੱਕ ਤੋਂ ਵੱਧ ਕਿਸਮ ਦੇ ਸੈੱਲਾਂ ਤੋਂ ਮਿਲ ਕੇ ਬਣਦੇ ਹਨ ਸਰਲ ਟਿਸ਼ੂ ਦੇ ਸੈੱਲ ਇੱਕੋ ਜਿਹਾ ਕਾਰਜ ਕਰਦੇ ਹਨ ਗੁੰਝਲਦਾਰ ਟਿਸ਼ੂਆਂ ਦੇ ਸੈੱਲ ਵੱਖਰੇ ਵੱਖਰੇ ਕਾਰਜ ਕਰ ਸਕਦੇ ਹਨ ਸਰਲ ਟਿਸ਼ੂ ਦੀ ਜਿਹੜੀ ਉਦਾਹਰਨ ਹੈਗੀ ਹੈ ਪੇਰਨਕਾਈਮਾ ਕੋਲਨਕਾਈਮਾ ਅਤੇ ਸਕਲੈਰਨ ਸਕਲੈਰਨ ਕਾਈਮਾ ਤੇ ਗੁੰਝਲਦਾਰ ਟਿਸ਼ੂਆਂ ਦੀ ਜਿਹੜੀ ਉਦਾਹਰਨ ਹੈਗੀ ਹੈ ਜਾਈਲਮ ਅਤੇ ਫਲੋਇਮ ਪ੍ਰਸ਼ਨ ਨੰਬਰ 4 ਸੈੱਲ ਦੀ ਬਿੱਤੀ ਦੇ ਆਧਾਰ ਤੇ ਪੇਰਨਕਾਈਮਾ ਕੋਲਨਕਾਈਮਾ ਅਤੇ ਸਕਲੈਰਨ ਕਾਈਮਾ ਵਿੱਚ ਅੰਤਰ ਦੱਸੋ ਪੀਅਰਨ ਕਾਈਮਾ ਸੈੱਲ ਦੀ ਪਤਲੀ ਹੁੰਦੀ ਹੈ ਕੌਲਰਨ ਕਾਈਮਾ ਸੈੱਲ ਦੀ ਮੋਟੀ ਹੁੰਦੀ ਹੈ ਸਕਲਰਨ ਕਾਈਮਾ ਸੈੱਲ ਦੀ ਬਹੁਤ ਮੋਟੀ ਅਤੇ ਸਖਤ ਹੁੰਦੀ ਹੈ ਸਟੋਮਾਟਾ ਦੇ ਕੀ ਕੰਮ ਹਨ ਪੱਤਿਆਂ ਦੀ ਪੱਤਿਆਂ ਦੀ ਸਤ੍ਹਾ ਉੱਪਰ ਬਰੀਕ ਛੇਦਾਂ ਨੂੰ ਸਟੋਮਾਟਾ ਕਿਹਾ ਜਾਂਦਾ ਹੈ ਸਟੋਮਾਟਾ ਦੇ ਕੰਮ ਬਾਸ਼ਪਤ ਸਰਜਣਾ ਗੈਸਾਂ ਦਾ ਵਟਾਂਦਰਾ ਪ੍ਰਸ਼ੰਨ ਅਗਲਾ ਦਿਲ ਪੇਸ਼ੀ ਦਾ ਖਾਸ ਕੰਮ ਕੀ ਹੈ ਉੱਤਰ ਦਿਲ ਦੀਆਂ ਪੇਸ਼ੀਆਂ ਸਾਰੀ ਉਮਰ ਲੈ ਬੱਦ ਹੋ ਕੇ ਸੰਗੜਦੀਆਂ ਤੇ ਫੈਲਦੀਆਂ ਹਨ ਅਤੇ ਦਿਲ ਦੇ ਧੜਕਣ ਵਿੱਚ ਮਦਦ ਕਰਦੀਆਂ ਹਨ ਪ੍ਰਸ਼ਨ ਸੰਚਰਨ ਅਤੇ ਪ੍ਰਸ਼ਨਨ ਲਿਖਿਆ ਜਾਵੇਗਾ ਪ੍ਰਸ਼ਨਨ ਸੰਚਰਨ ਆਦਿ ਸਰੀਰ ਵਿੱਚ ਥਾਂ ਦੇ ਆਧਾਰ ਤੇ ਤਾਰੀਦਾਰਤਾ ਤੇ ਤਾਰੀ ਰਹਿਤ ਅਤੇ ਦਿਲ ਪੇਸ਼ੀ ਵਿੱਚ ਅੰਤਰ ਦੱਸੋ ਉੱਤਰ ਤਾਰੀਦਾਰ ਪੇਸ਼ੀ ਇਸ ਦੇ ਸੈੱਲ ਲੰਬੇ ਬਿਲਣਾਕਾਰ ਇਥੇ ਲੰਬੇ ਲਿਖਿਆ ਜਾਵੇਗਾ ਲੰਬੇ ਇਸ ਦੇ ਸੈੱਲ ਲੰਬੇ ਬਿਲਣਾਕਾਰ ਬਿਨਾ ਸਖਾਵਾਂ ਦੇ ਅਤੇ ਬਹੁਕੇਂਦਰਕ ਵਾਲੇ ਹੁੰਦੇ ਹਨ ਇਹ ਸਰੀਰ ਦੇ ਵੱਖ-ਵੱਖ ਹਿੱਸੇ ਜਿਵੇਂ ਹੱਥ ਰੱਤਾਂ ਆਦ ਵਿੱਚ ਮੌਜੂਦ ਹੁੰਦੇ ਹਨ ਤਾਰੀ ਰਹਿਤ ਪੇਸ਼ੀ ਇਸ ਦੇ ਸੈੱਲ ਲੰਬੇ ਤਿੱਖੇ ਸਿਰਿਆਂ ਵਾਲੇ ਇੱਕ ਕੇਂਦਰਕ ਵਾਲੇ ਹੁੰਦੇ ਹਨ ਇਹ ਸਰੀਰ ਦੇ ਕੁਝ ਹਿੱਸੇ ਜਿਵੇਂ ਮỆਦਾ ਮੂੰਹ ਆਇਰਸ ਅਤੇ ਪੋਜਨ ਨਲੀ ਦੀਆਂ ਕੰਧਾਂ ਵਿੱਚ ਹੁੰਦੇ ਹਨ ਇਤੁਬਾਦ ਹੈਗਾ ਦਿਲ ਪੇਸ਼ੀ ਦਿਲ ਪੇਸ਼ੀ ਦੇ ਸੈੱਲ ਬੇਲਣਾਕਾਰ ਸਾਖਿਤ ਅਤੇ ਇੱਕ ਕੇਂਦਰਕ ਵਾਲੇ ਹੁੰਦੇ ਹਨ ਇਹ ਦਿਲ ਵਿੱਚ ਮੌਜੂਦ ਹੁੰਦੀਆਂ ਹਨ ਪ੍ਰਸ਼ਨ ਨੰਬਰ 10 ਹੇਠ ਲਿਖਿਆਂ ਦੇ ਨਾਮ ਦੱਸੋ ਉਹ ਟਿਸ਼ੂ ਜਿਹੜਾ ਮੂੰਹ ਦੀ ਅੰਦਰਲੀ ਪਰਤ ਬਣਾਉਂਦਾ ਹੈ ਐਪੀਥੀਲੀਅਲ ਆ ਨੰਬਰ 2 ਉਹ ਟਿਸ਼ੂ ਜਿਹੜਾ ਮਨੁੱਖੀ ਸਰੀਰ ਵਿੱਚ ਪੇਸ਼ੀਆਂ ਤੇ ਹੱਡੀਆਂ ਨੂੰ ਜੋੜਦਾ ਹੈ ਟੈਂਡਨ ਉਹ ਟਿਸ਼ੂ ਜਿਹੜਾ ਪੌਦਿਆਂ ਵਿੱਚ ਪੌਜੰਦਾ ਪਰਿਵਹਨ ਕਰਦਾ ਹੈ ਫਲੋਇਮ ਉਹ ਟਿਸ਼ੂ ਜਿਹੜਾ ਸਾਡੇ ਜਰੀਰ ਵਿੱਚ ਚਰਬੀ ਜਮਾ ਰੱਖਦਾ ਹੈ ਐਂਡੀਪੋਜ ਉਹ ਜੋੜਕ ਟਿਸ਼ੂ ਜਿਸ ਦੀ ਮੈਟ੍ਰਿਕਸ ਤਰਲ ਰੂਪ ਵਿੱਚ ਹੁੰਦੀ ਹੈ ਲਹੂ ਨੰਬਰ 6 ਹੈਗਾ ਉਹ ਟਿਸ਼ੂ ਜਿਹੜਾ ਦਿਮਾਗ ਵਿੱਚ ਹੁੰਦਾ ਹੈ ਨਾੜੀ ਪ੍ਰਸ਼ਨ ਨੰਬਰ 11 ਹੇਠ ਲਿਖਿਆਂ ਵਿੱਚੋਂ ਕਿਹੜਾ ਟਿਸ਼ੂ ਹੁੰਦਾ ਹੈ ਚਮੜੀ ਸਕੇਲੀ ਅਦੀਸ਼ੱਦ ਐਪੀਥੀਲੀਅਮ ਟਿਸ਼ੂ ਦਰਖਤ ਦੀ ਛੱਲ ਦਰਖਤ ਦੀ ਛੱਲ ਕੀ ਹੁੰਦੀ ਹੈ ਕਾਰਕ ਟਿਸ਼ੂ ਹੱਡੀ ਜੋੜਕ ਟਿਸ਼ੂ ਗੁਰਦਾ ਨਲੀ ਦੀ ਅੰਦਰਲੀ ਪਰਤ ਕਣਾਕਾਰ ਅਦੀਛਦ ਐਪੀਥੀਲੀਅਮ ਟਿਸ਼ੂ ਇਹ ਦੋ ਆਗੇ ਬਹਿਣੀ ਬੰਡਲਾ ਗੁੰਜਲਦਾਰ ਸਥਾਈ ਟਿਸ਼ੂ ਜਾਈਲਮ ਅਤੇ ਫਲੋਇਮ ਪ੍ਰਸ਼ਨ ਉਹਨਾਂ ਹਿੱਸਿਆਂ ਦੇ ਨਾਮ ਦੱਸੋ ਜਿੱਥੇ ਪੇਰਨ ਕਾਈਮਾ ਟਿਸ਼ੂ ਹੁੰਦਾ ਹੈ ਉੱਤਰ ਪੇਰਨ ਕਾਈਮਾ ਟਿਸ਼ੂ ਪੌਦੇ ਦੇ ਪੱਤੇ ਫੁੱਲ ਅਤੇ ਫਲ ਆਦ ਵਿੱਚ ਹੁੰਦਾ ਹੈ। ਪ੍ਰਸ਼ੰਨ ਪੌਦਿਆਂ ਵਿੱਚ ਐਪੀਡਰਮਿਸ ਦੀ ਕੀ ਭੂਮਿਕਾ ਹੈ? ਉੱਤਰ ਪੌਦਿਆਂ ਵਿੱਚ ਐਪੀਡਰਮਿਸ ਦੀ ਭੂਮਿਕਾ ਅੰਦਰਲੇ ਸੈੱਲਾਂ ਅਤੇ ਟਿਸ਼ੂਆਂ ਦੀ ਰੱਖਿਆ ਪਾਣੀ ਦੇ ਨੁਕਸਾਨ ਨੂੰ ਰੋਕਣਾ ਪੌਦੇ ਦੀ ਜান্ত্রিক ਸੱਟਾਂ ਅਤੇ ਪਰਜੀਵੀ ਜੀਵਾਂ ਤੋਂ ਰੱਖਿਆ ਕਰਨੀ ਨੰਬਰ 4 ਸਟੋਮਾਟਾ ਰਾਹੀਂ ਗੈਸਾਂ ਦੀ ਆਦਲਾ-ਬਦਲੀ ਅਤੇ ਬਾਸ਼ਪ ਉਤਸਰਜਣ ਕਰਨਾ। ਪ੍ਰਸ਼ਨ ਕਾਰਕ ਸਰਖਿਆ ਟਿਸ਼ੂ ਦੇ ਤੌਰ ਤੇ ਕਿਵੇਂ ਕੰਮ ਕਰਦਾ ਹੈ ਉੱਤਰ એપिडਰਮਲਰ ਸੈੱਲਾਂ ਦੀਆਂ ਬਹੁਤ ਸਾਰੀਆਂ ਪਰਤਾਂ ਕਾਰਕ ਬਣਾਉਂਦੀਆਂ ਹਨ ਕਾਰਕ ਦੇ ਸੈੱਲ ਮ੍ਰਿਤ ਹੁੰਦੇ ਹਨ ਅਤੇ ਸੈੱਲ ਬਿਨਾਂ ਕੋਈ ਥਾਂ ਛੱਡੇ ਇੱਕ ਦੂਜੇ ਦੇ ਨਾਲ ਨਾਲ-ਨਾਲ ਜੁੜੇ ਹੁੰਦੇ ਹਨ ਇਨ੍ਹਾਂ ਸੈੱਲਾਂ ਦੀਆਂ ਪਤੀਆਂ ਵਿੱਚ ਸੁਰੇਬਿਨ ਨਾਂ ਦਾ ਇੱਕ ਪਦਾਰਥ ਹੁੰਦਾ ਹੈ ਜਿਹੜਾ ਹਵਾ ਅਤੇ ਪਾਣੀ ਰੋਧਕ ਹੁੰਦਾ ਹੈ ਤੈਂ ਪਾਠ ਹੈ ਜਿਹੜਾ ਕੰਪਲੀਟ ਹੋ ਚੁੱਕਿਆ ਹੈ ਠੀਕ ਹੈ ਤੇ ਇਹਦੇ ਤੋਂ ਤੁਸੀਂ ਪ੍ਰਸ਼ਨ ਉੱਤਰ ਨੋਟ ਕਰ ਸਕਦੇ ਹੋ தன்பா